ਤਾਂ ਕਿਸਨੇ ਕਾਟੇ ਫਾਦੇ ਉਹ ਖਾਲੀ ਪਛਤਾਣਾ ਰਹਿ ਜਾਗਾ ਉਹ ਖਾਲੀ ਪਛਤਾਣਾ ਰਹਿ ਜਾ ਦੋਰ ਹੱਥਾਂ ਤੇ ਲਿਕੜ ਜਾਈ ਇਹ ਜੜਵੇ ਬੋਲ ਨਾ ਬੋਲਿਆ ਕਰ ਨਾ ਕਦੇ ਬਾਤ ਵਿਗੜ ਜਾਈ ਬਿਨਾ ਹਾਟ ਕੀ ਜੀਬ ਸਿਆ ਸਰੀਰ ਦਾ ਸਬਸੇ ਨਾਜ਼ੁਕ ਅੰਗ ਹੁੰਦਾ ਜੀ ਔਰ ਸਰੀਰ ਕੇ ਕਠੋਰ ਅੰਗੋ ਕੇ ਬੀਚ ਮੇਂ ਰਹਿਤਾ 32 ਦੰਦਾਂ ਕੇ ਬੀਚ ਮੇਂ ਜੀਭ ਰਹਿਤੀ ਹੈ ਫਿਰ ਵੀ ਸੁਰੱਖਿਅਤ ਰਹਿਤੀ ਹੈ ਆਪਣੇ ਨਿਰਮਲ ਸੁਭਾਅ ਕੀ ਵਜ੍ਹਾ ਸੇ ਇਸ ਤੇ ਮਾਨੇ ਮਾਂ ਕੇ ਤੇ ਬੱਬੂ ਕੀ ਬੂ ਕੇ ਤੇ ਲੁਗਾਈ ਭਾਈ ਹੈ ਮਾਨੇ ਮਾਂ ਕੋ ਕੇ ਸਾਰੇ ਸੁਤਰੇ ਲਾਗੋਗੇ ਬੱਬੂ ਕੀ ਬੂ ਕੋ ਸਾਰੇ ਸੁਤਰੇ ਲਾਗੋਗੇ ਇਸ ਲਈ ਕਿ ਬਿਨਾ ਹਾਟ ਕੀ ਜੀਬ ਸਿਆ ਤੇਰੀ ਹਲਾਈ ਹਲੈ ਅਰਿਆ ਹੈ ਚੜਾ ਤੇ ਸਿਖਰ ਤਨੇ ਓਰਿਆ ਹੈ ਫਾਸੀ ਹਲੈ ਛੋਟਾ ਆਖ ਮਿਲਾਵਣ ਜੋ ਕਰੇਗਾ ਛੋਟਾ ਆਖ ਮਿਲਾਵਣ ਜੋ ਕਰੇਗਾ ਜਯਾ ਆਕੜ ਜੜ ਜਾਗੀ ਇਹ ਕੜਵੇ ਬੋਲ ਨਾ ਬੋਲਿਆ ਕਰ ਕਦੇ ਬਾਤ ਵਿਗੜ ਜਾਗੀ ਆਖਰੀ ਦੋ ਲਾਈਨ ਔਰ ਆਪਕੇ ਬੀਚ ਮੈਂ ਮੈਨੇ ਇੱਕ ਐਸਾ ਬੰਦਾ ਮਿਲਾ ਸੀ ਜਿਸਕਾ 11 ਗੋਲੀ ਲੱਗ ਗਈ ਸੀ ਫਿਰ ਵੀ ਜਿੰਦਾ ਦਾ 11 ਗੋਲੀ ਖਾ ਕੇ ਵੀ ਫਸ ਗਿਆ ਔਰ ਸ਼ਾਇਦ ਆਪਕੀ ਨਿਗਾਹ ਮੈਂ ਐਸਾ ਕੋਈ ਘਰ ਆਇਆ ਹੋ ਜੋ ਇੱਕ ਬੋਲ ਕੇ ਉੱਪਰ ਉੱਡ ਗਿਆ ਬੋਲੀ ਕਾ ਘਰ ਗਾਣੀ ਪਰ ਤਾਈ ਕਿ ਬੋਲੀ ਕਾ ਘਾ ਭਰ ਨਹੀਂ ਸੈ ਘਾ ਭਰ ਜਾਇਓ ਗੋਲੀ ਕਾ ਕਿ ਬੋਲੀ ਕਾ ਘਾ ਭਰ ਨਹੀਂ ਔਰ ਘਾ ਭਰ ਜਾਇਓ ਗੋਲੀ ਕਾ ਉਰਾ ਫਿਰ ਮੈਲਾ ਬਣ ਕੇ ਜਿਲੇ ਉਹ ਫਕੀਰ ਬਿਨਾ ਝੋਲੀ ਕਾ ਉਹ ਦੋ ਕਦਮ ਨਾ ਚਾਲ ਸਕੇਗਾ ਤੂੰ ਦੋ ਕਦਮ ਨਾ ਚਾਲ ਸਕੇਗਾ ਜਬ ਮਾਇਆ ਲੜ ਜਾਗੀ ਅੱਛਾ ਲੱਗਾ ਤੁਹਾਡੀ ਬਾਤ ਜੀ ਕਿਆ ਬਾਤ ਹੈ ਆ ਜਾਓ ਜੀ ਜਈ ਲੜੇ ਬੋਲ ਨਾ ਬੋਲਿਆ ਕਰ ਤੁੜਕੇ ਬੁੜਕੇ ਪਰ ਮੈਂ ਗਾ ਵੀ ਸੁਣ ਸਕਦਾ ਬਿਨਾਂ ਗੁੜਕੇ ਇਸ ਲਈ ਗਾਇਆ ਤਾਂ ਕਿ ਸੁਣਨ ਵਾਲੀ ਬਾਤ ਸਾਰੇ ਸਭ ਸੁਣ ਮਾਣੇ ਜੀ ਅਗਰ ਇਤਨੀ ਹਾਜ਼ਰੀ ਅੱਛੀ